ਹਾਂਜੀ, ਸਭ ਨੇ ਦੇਖ ਲਿਆ ਆਉਣ ਵਾਲੀ ਪੰਜਾਬੀ ਮੂਵੀ ਅਰਦਾਸ ਸਰਬੱਤ ਦੇ ਭਲੇ ਦੇ ਜਾਂ ਟੀਜ਼ਰ ਰਿਲੀਜ਼ ਹੋਇਆ ਏ ਕੁਝ ਦਿਨ ਪਹਿਲਾਂ। ਇਸ ਮੂਵੀ ਦਾ ਪ੍ਰੀ ਟੀਜ਼ਰ ਰਿਲੀਜ਼ ਹੋਇਆ ਸੀ ਅਤੇ ਅੱਜ ਇਸ ਮੂਵੀ ਦਾ ਟੀਜ਼ਰ ਰਿਲੀਜ਼ ਹੋਇਆ ਏ। ਟੀਜ਼ਰ ਦੇਖ ਕੇ ਬਹੁਤ ਵਧੀਆ ਲੱਗਾ, ਬਹੁਤ ਮਨ ਖੁਸ਼ ਹੋਇਆ। ਗਿੱਪੀ ਗਰੇਵਾਲ ਜੋ ਵੀ ਕਰਦੇ ਨੇ ਬਹੁਤ ਹੀ ਵਧੀਆ ਕਰਦੇ ਨੇ। ਜਦੋਂ ਅਸੀਂ ਪਹਿਲੀ ਅਰਦਾਸ ਵੇਖੀ ਸੀ ਬਹੁਤ ਵਧੀਆ ਲੱਗੀ ਸੀ, ਉਸ ਦੇ ਬਾਅਦ ਜਦੋਂ ਆਈ ਅਰਦਾਸ ਕਰਾਂ ਉਹ ਹੋਰ ਹੀ ਵਧੀਆ ਲੱਗੀ ਸੀ। ਹੁਣ ਤੀਜੀ ਮੂਵੀ ਆ ਰਹੀ ਹੈ, ਇਸ ਮੂਵੀ ਦੇ ਵਿੱਚ ਇੱਕ ਬੰਦੇ 'ਤੇ ਨਿਰਭਰ ਨਹੀਂ ਹੈ। ਇਸ ਮੂਵੀ ਦੇ ਵਿੱਚ ਸਾਨੂੰ ਕਈ ਹੀ ਬੰਦਿਆਂ ਦੀ ਕਹਾਣੀ ਦੇਖਣ ਮਿਲੂਗੀ। ਜਿੱਦਾਂ ਪਿੰਡ ਹੁੰਦਾ ਹੈ, ਪਿੰਡ ਦੇ ਵਿੱਚ ਹਰ ਬੰਦੇ ਦੀ ਵੱਖਰੀ ਕਹਾਣੀ ਹੁੰਦੀ ਹੈ, ਇਸ ਮੂਵੀ ਦੇ ਵਿੱਚ ਵੀ ਸਾਨੂੰ ਇਦਾਂ ਹੀ ਦੇਖਣ ਮਿਲ ਰਿਹਾ ਹੈ। ਜੇ ਗੱਲ ਕਰੀਏ ਇਸ ਮੂਵੀ ਦੇ ਕਿਰਦਾਰਾਂ ਬਾਰੇ ਤਾਂ ਸੀਮਾ ਕੌਸ਼ਲ ਸਰਦਾਰ ਸੋਹੀ ਦੀ ਵੱਖ ਕਹਾਣੀ ਹੈ, ਪ੍ਰਿੰਸ ਕਮਲਜੀਤ ਸਿੰਘ ਦੀ ਵੱਖ ਕਹਾਣੀ ਹੈ, ਗੁਰਪ੍ਰੀਤ ਘੁੱਗੀ ਦੀ ਵੱਖ ਕਹਾਣੀ ਹੈ, ਰਘਵੀਰ ਬੋਲੀ ਦੀ ਵੱਖ ਕਹਾਣੀ ਹੈ, ਗਿੱਪੀ ਗਰੇਵਾਲ ਜੋ ਮੇਨ ਲੀਡ 'ਤੇ ਨੇ ਉਹਨਾਂ ਦੀ ਵੱਖ ਕਹਾਣੀ ਨਜ਼ਰ ਆ ਰਹੀ ਹੈ। ਪਰ ਇਸ ਮੂਵੀ ਨੂੰ ਦੇਖਦਿਆਂ ਬਹੁਤ ਮਜ਼ਾ ਆਏਗਾ। ਹੁਣ ਤਾਂ 13 ਸਤੰਬਰ ਦਾ ਸਾਡੇ ਕੋਲੋਂ ਵੇਟ ਨਹੀਂ ਹੋ ਰਿਹਾ, ਛੇਤੀ ਛੇਤੀ 13 ਸਤੰਬਰ ਆਵੇ ਅਤੇ ਇਹ ਮੂਵੀ ਅਸੀਂ ਦੇਖੀਏ। ਦੂਜੀ ਮੂਵੀ ਦੇ ਵਿੱਚ ਅਰਦਾਸ ਕਰਾਂ ਦੇ ਵਿੱਚ ਜੋ ਹਿੰਦੂ ਮੁਸਲਿਮ ਸਿੱਖ ਦੀ ਕਹਾਣੀ ਦਿਖਾਈ ਗਈ ਸੀ ਉਹੀ ਇਸ ਮੂਵੀ ਦੇ ਵਿੱਚ ਇੱਕ ਵਾਰੀ ਫਿਰ ਦੇਖਣ ਮਿਲੂਗਾ, ਕਿਉਂਕਿ ਜੋ ਰਾਣਾ ਜੰਗ ਬਹਾਦਰ ਹੈ ਇਸ ਮੂਵੀ ਦੇ ਵਿੱਚ ਇੱਕ ਮੁਸਲਿਮ ਕਿਰਦਾਰ ਦੇ ਵਿੱਚ ਨਜ਼ਰ ਆਏ ਨੇ। ਜੇ ਗੱਲ ਕਰੀਏ ਬਾਕੀ ਬਾਰੇ ਤਾਂ ਫਿਲਮ ਬਹੁਤ ਵਧੀਆ ਏ। ਸਟਾਰਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ, ਜੈਸਮੀਨ ਬਸੀਨ, ਪ੍ਰਿੰਸ ਕਮਲਜੀਤ ਸਿੰਘ, ਗੁਰਪ੍ਰੀਤ ਘੁੱਗੀ, ਸੀਮਾ ਕੌਸ਼ਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਰਘਵੀਰ ਬੋਲੀ, ਮਲਕੀਤ ਰੋਣੀ, ਰਾਣਾ ਜੰਗ ਬਹਾਦਰ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਗਿੱਪੀ ਗਰੇਵਾਲ ਵੱਲੋਂ ਲਿਖਿਆ ਗਿਆ ਏ ਅਤੇ ਉਹਨਾਂ ਨੇ ਹੀ ਇਸ ਮੂਵੀ ਨੂੰ ਡਾਇਰੈਕਟ ਵੀ ਕੀਤਾ ਏ। ਇਹ ਮੂਵੀ ਦੇ DOP ਨੇ ਅਤੇ ਐਡੀਟਰ ਬਲਜੀਤ ਸਿੰਘ ਦਿਓ। ਜੇ ਗੱਲ ਕਰੀਏ ਇਸ ਮੂਵੀ ਦੀ ਹੋਰ ਕਹਾਣੀ ਬਾਰੇ ਤਾਂ ਕਹਾਣੀ ਬਹੁਤ ਵਧੀਆ ਹੋਵੇਗੀ, ਅਜੇ ਸਿਰਫ ਟੀਜ਼ਰ ਹੀ ਆਇਆ ਏ, ਜਦੋਂ ਟ੍ਰੇਲਰ ਆਏਗਾ ਹੋਰ ਵਧੀਆ ਲੱਗੇਗਾ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕੋਈ ਹੋਰ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।